ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਪੰਜ ਗ੍ਰਾਂਈ ਖੁਰਦ, ਇਹ ਪਿੰਡ ਮੋਗੇ ਜ਼ਿਲ੍ਹੇ ਦਾ, ਇਹਨੂੰ ਤਹਿਸੀਲ ਬਾਘਾ ਪੁਰਾਣਾ ਪੈਂਦੀ ਹੈ। ਬਾਘੇ ਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਬਾਈ ਵਪਾਰ ਦਾ ਕੰਮ ਕਰਦਾ, ਇਹਦੇ ਕੋਲ ਜ਼ਿਆਦਾਤਰ ਜਰਸੀ ਨਸਲ ਦੀਆਂ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ। ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਪੰਜ ਨਾਗ ਦਿਖਾਊਂਗਾ ਦੋਸਤੋ, ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ। ਜਿਹੜਾ ਪਸ਼ੂ ਤੁਹਾਨੂੰ ਜਾਚੂਗਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ। ਸਰਾਂ ਜਰਸੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਹਾਂ, ਅਤੇ ਬਾਈ ਸੰਦੀਪ ਆਪਾਂ ਨੂੰ ਹਮੇਸ਼ਾ ਇਹਨਾਂ ਪਸ਼ੂਆਂ ਬਾਰੇ ਜਾਣਕਾਰੀ ਦਿੰਦਾ। ਅੱਜ ਵੀ ਉਸੇ ਵੀਰ ਨੂੰ ਮਿਲਾਂਗੇ। ਇੱਕ ਤਾਜ਼ੀ ਸੂਈ ਜਰਸੀ ਹੈ, ਇੱਕ ਐਚ ਐਫ ਪੱਖ 'ਚ ਪੈਂਦੀ ਗੱਬਨ 'ਚ ਇੱਕ ਪਾਸ ਵੈੜ ਵੀ ਹੈਗੀ ਹੈ ਜਿਹੜੀ ਬਾਈ ਕੋਲ ਵਿਕਾਊ। ਆਓ ਮਿਲੀਏ ਬਾਈ ਨੂੰ ਅਤੇ ਕਰਦੇ ਹਾਂ ਆਪਾਂ ਗੱਲਬਾਤ। ਸੰਦੀਪ ਬਾਈ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ ਜੀ। ਸੰਦੀਪ ਅੱਜ ਪੰਜ ਨਾਗ ਆਪਣੇ ਕੋਲ। ਹਾਂਜੀ ਹਾਂਜੀ। ਪਹਿਲਾਂ ਇਸੇ ਵੱਛੀ ਤੋਂ ਸ਼ੁਰੂਆਤ ਕਰਦੇ ਹਾਂ। ਦੰਦੋ ਕਿਵੇਂ ਅਤੇ ਕਿੰਨੇ ਚਿਰ ਦੀ ਗੱਬਣ? ਇਹ ਦੰਦੋ ਬਾਈ ਚਾਰ ਦੰਦ ਕੱਢਦੀ ਆ ਜੀ, ਪੰਜਾਂ ਮਹੀਨਿਆਂ ਦੀ ਗੱਬਣ ਆ ਵੀਰੇ। ਠੀਕ ਹੈ। ਹਾਂਜੀ ਇੰਨਾ ਬਾਈ ਵੀ ਅੱਜ ਹੀ ਆਈ ਆਪਣੇ ਕੋਲ, ਹੁਣੇ ਇਹਦੀ ਨਵਾਈ ਦਵਾਈ ਕੀਤੀ ਹੈ। ਕੀ ਰੇਟ ਰਹੂਗਾ ਇਹਦਾ? ਰੇਟ ਬਾਈ ਜਿੰਨਾ ਮੰਨ ਲਓ 38 ਗਰਾਲੇ ਜੀ, ਕੋਈ 37 ਗਰਾਲੇ, 35 ਹਜ਼ਾਰ ਦੀ ਵੱਛੀ। ਹਾਂ ਜਾਣਾ ਜੀ ਤੋਰ ਦੇ। ਪੰਜ ਮਹੀਨਿਆਂ ਦੀ ਗੱਬਣ ਦੱਸੋ, ਅਤੇ ਚਾਰ ਦੰਦ ਮੂੰਹ ਦੇ ਵਿੱਚੋਂ ਇਸ ਟਾਈਮ ਹੈਗੀ ਹੈ ਇਹ। 35,000 ਦੀ ਇਹ ਵੈਡ ਬਾਈ ਕਹਿੰਦਾ ਦੇ ਦਿਆਂਗੇ। ਜੇ ਕੋਈ ਭਰਾ ਚੰਗੀ ਸਮਝਦਾ ਤਾਂ ਜ਼ਰੂਰ ਕੰਟੈਕਟ ਕਰ ਲਿਓ ਤੁਸੀਂ। ਹੁਣੇ ਨਵਾਈ ਆ ਦੱਸੋ, ਇਹ ਹਜੇ ਗਿੱਲੇ ਪਿੰਡੇ 'ਚ ਤੁਸੀਂ ਦੇਖ ਰਹੇ ਹੋ, ਥਣ 'ਚ ਆ ਰਹੀ ਹੈ, ਬਾਕੀ ਜੋ ਢਾਂਚਾ ਤੁਹਾਡੇ ਸਾਹਮਣੇ। 35,000 'ਚ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਇਹ ਵੈਡ ਬਾਈ ਕੋਲ ਵਿਕਰੀ ਵਾਲੀ ਆਈ ਹੋਈ ਹੈ। ਸੋ ਚੌਕ ਦੇ ਦੰਦ ਬਾਈ ਕਹਿੰਦਾ ਇਹ ਚੱਕਦੀ ਹੈ। 4 ਮਹੀਨੇ ਬਾਕੀ ਆ ਅਤੇ 9ਵਾਂ ਮਹੀਨਾ ਸ਼ੁਰੂ ਹੋ ਗਿਆ। ਪਹਿਲੇ ਮਹੀਨੇ 'ਚ ਇਹਦਾ ਅੰਦਾਜ਼ਾ ਜਿਹਾ ਲਾਈਏ ਤਾਂ 12ਵੇਂ ਜਾਂ ਪਹਿਲੇ 'ਚ ਖਾਣ ਨੂੰ ਇੰਨੀ ਜ਼ਿਆਦਾ ਖੁੱਲੀ ਆ ਬਾਈ, ਗੱਲਾਂ ਛੱਡ ਦੋ ਜੀ। ਠੀਕ ਹੈ। ਇਹਦੇ ਨਾਲ ਜਿਹੜੀ ਜਰਸੀ ਹੈ, ਹਾਂਜੀ ਇਹ ਦੂਜਾ ਸੂਆ ਸੂਈ ਆ ਬਾਈ ਵੱਛੀ। ਠੀਕ ਹੈ। ਕੱਲ੍ਹ ਸੁਬਾਹ ਸੂਈ ਆ ਜੀ। ਕੱਲ੍ਹ ਸੁਬਾਹ ਸੂਈ ਬੱਚਾ ਕੀ ਦਿੱਤਾ? ਮਗਰ ਬਾਈ ਇਹਦੇ ਵੱਛਾ ਜੀ, ਇਹਨੇ ਗਾਂ ਨੇ ਹੁਣੇ ਨਾੜੂਆ ਬਾਈ, ਮੰਨ ਲਓ ਮੂੰਹ ਨਾਲ ਪੱਟ ਕੇ ਸਿੱਟਤਾ ਜੀ। ਕੋਈ ਗੱਲ ਨਹੀਂ। ਹਾਂਜੀ ਹਾਂਜੀ। ਅਤੇ ਰੇਟ ਇਹਦਾ ਕੀ ਰਹਿਣਾ? ਇਹਦਾ ਰੇਟ ਹੈਗਾ ਬਾਈ 62,000 ਰੁਪਈਆ ਜੀ। ਸੋਰੀ, 62,000 ਦੋਸਤੋ ਰੇਟ ਹੈ। ਕੱਲ੍ਹ ਸੁਬਾਹ ਦੀ ਸੂਈ ਹੈ, ਉਹ ਤਾਂ ਤੁਹਾਨੂੰ ਦੁੱਧ ਤੋਂ ਹੀ ਆਈਡੀਆ ਹੋ ਜਾਣਾ, ਕਿਉਂਕਿ ਬੌਲੇ ਦੇ ਵਿੱਚ ਉੱਧਰੋਂ ਅੰਦਰ ਨੂੰ ਤੋਰ ਸੀ ਬਾਈ। ਸੋ ਰੇਟ ਇਹਦਾ 62,000 ਰੁਪਏ ਹੈ। ਬਾਕੀ ਆ ਕੇ ਦੇਖਿਓ ਢਾਂਚਾ ਬਾਈ, ਬਹੁਤ ਵੈੜ ਬਣੀ ਵੀ ਸੀ ਇਹ, ਉੱਪਰਾ ਕਰਕੇ ਸੂਈ ਆ ਬਾਈ ਆ ਕੇ ਹੀ। ਠੀਕ ਹੈ। ਹਾਂਜੀ, ਗੱਡੀ 'ਤੇ ਚੜ੍ਹਨਾ ਕਈ ਵਾਰੀ ਸੂ ਪੈਂਦੀਆਂ ਜੀ, ਅਤੇ 3 ਡੰਗ ਬਾਈ ਚਵਾਈ, ਮੰਨ ਗਿਆ 3 ਡੰਗ ਚਵਾਈ ਹੋ ਜਾਣੀ ਹੁਣ ਇਹਦੀ। ਠੀਕ ਹੈ। ਸੋ ਬਾਕੀ ਪਾਸ ਤੁਸੀਂ ਕਰੋਗੇ, ਹਾਈਟ ਦੀ ਜੱਜਮੈਂਟ ਸੰਦੀਪ ਬਾਈ, ਸੰਦੀਪ ਇਹਦੇ ਨਾਲ ਖੜੀ ਬਾਈ, ਮਾੜੀ ਜਿਹੀ ਹਾਈਟ ਦੀ ਜੱਜਮੈਂਟ ਹੋ ਜੂਗੀ। ਸੋ ਇਹ ਦੇਖ ਸਕਦੇ ਹੋ ਦੱਸੋ ਇਹਦੀ ਹਾਈਟ, ਅਤੇ ਤੁਸੀਂ ਦੂਜੀਆਂ ਗਾਵਾਂ ਨਾਲ ਵੀ ਸੰਦੀਪ ਨੂੰ ਤੁਰਦਿਆਂ ਦੇਖੋਗੇ। ਆ ਜਾ ਬਾਈ। ਸੋ ਇਦੋਂ ਅੱਗੇ ਪਰਲੇ ਪਾਸੇ ਦੱਸੋ, 3 ਗਾਵਾਂ ਹੋਰ ਦਿਖਾਉਣੇ ਆ। ਸੰਦੀਪ ਬਾਈ ਜਿਹੜੀ ਇਹ ਗਾਂ ਖੜੀ ਨਾਲ, ਇਹ ਬਾਈ ਹਫ਼ਤਾ ਕੁ ਲੈਂਦੀ ਆ ਦੂਜਾ ਸੂਆ ਜੀ। ਕੀ ਰੇਟ ਹੋ? ਇਹ ਦੇ ਦਾਂਗੇ 35,000 ਦੀ ਅੰਦਰ ਦੀ ਤੋਰ। 35,000 ਦੀ ਦੋਸਤੋ, ਇੱਕ ਹਫ਼ਤਾ ਬਾਕੀ ਹੈ। ਸੋ ਇੱਕ ਹਫ਼ਤਾ ਲਊ, 35,000 ਇਹਦਾ ਮੁੱਲ। ਮੌਸਮ ਹਫ਼ਤੇ 10-15 ਦਿਨਾਂ ਤੱਕ ਚੰਗਾ ਹੋਣ ਲੱਗ ਪੈਣਾ, ਕਿਉਂਕਿ ਰਾਤ ਦੀ ਠੰਡ ਹੋਣ ਲੱਗ ਪੈਂਦੀ ਹੈ, ਫਿਰ ਗਾਂ ਨੂੰ ਦੁੱਧ ਦੇਣਾ ਸੌਖਾ ਹੋ ਜਾਂਦਾ, ਕਿਉਂਕਿ ਜਿਵੇਂ ਮੌਸਮ ਬਦਲਦਾ ਅਤੇ ਉਸੇ ਮੌਸਮ ਦੇ ਹਿਸਾਬ 'ਤੇ ਪਸ਼ੂ ਦੁੱਧ ਦਿੰਦਾ। ਇਹਦੇ ਨਾਲ ਇੱਕ ਹੋਰ ਗੱਬਣ ਜਰਸੀ ਵੱਛੀ, ਇਹ ਵੀ ਆਪਾਂ ਬਾਈ ਤੋਂ ਇਹਦੀ ਜਾਣਕਾਰੀ ਲੈਂਦੇ ਹਾਂ। ਸੰਦੀਪ ਜਿਹੜੀ ਇਹ ਜਰਸੀ ਹੈ ਬਾਈ? ਬਾਈ ਇਹ 2 ਦੰਦ ਵੱਛੀ ਆ ਜੀ, ਪਹਿਲਾ ਸੂਗਾ। ਠੀਕ ਹੈ। ਹਾਂਜੀ ਹਾਂਜੀ, ਅਤੇ 10-15 ਦਿਨ ਬਾਕੀ ਆ ਬਾਈ।
ਕੀ ਰੇਟ ਰਹਿਣਾ ਇਹ ਦੋਵਾਂ ਦਾ ਬਾਈ ਫੋਨ 'ਤੇ ਕਰ ਦਾਂਗੇ, ਕੱਚੀਆਂ ਬਾਈ ਦੋਨੇ ਹੀ ਬੈਠਾ ਇਹੀ। ਠੀਕ ਹੈ ਹਾਂਜੀ ਹਾਂਜੀ। ਸੋ ਦੋਸਤੋ ਰੇਟ ਇਹਨਾਂ ਦਾ ਫੋਨ 'ਤੇ ਹੈ, ਦੋ ਦੰਦ ਇਹ ਵੱਛੀ ਹਜੇ ਹਫ਼ਤਾ ਲੈਂਦੀ ਹੈ ਸੋਨ 'ਚ, ਰੰਗ ਸੋਹਣਾ, ਹਫ਼ਤੇ ਤੋਂ ਵੀ 10 ਦਿਨ ਕੱਢ ਜੂਗੀ ਬਾਈ ਆਰਾਮ ਨਾਲ। ਠੀਕ ਹੈ, ਹਫ਼ਤਾ 10 ਦਿਨ ਲਊਗੀ। ਬਰੀਡ ਪਿਓਰ ਜਰਸੀ ਹੈ, ਬਾਕੀ ਦੁੱਧ ਕਿੰਨਾ ਕੁ ਲਾਹ ਲਊਗੀ ਜਾਂ ਕਿੰਨੀ ਕੁ ਤਿਆਰ ਹੋ ਜੂਗੀ ਉਹਦੀ ਜੱਜਮੈਂਟ ਤੁਸੀਂ ਕਰ ਲਿਓ। ਰੇਟ ਇਹਦਾ ਅਤੇ ਇਹਦੇ ਨਾਲ ਇੱਕ ਗਾਂ ਖੜੀ ਹੈ, ਇਹਨਾਂ ਦਾ ਦੋਵਾਂ ਦਾ ਫੋਨ ਦੇ ਉੱਤੇ ਹੈ। ਇਹ ਕਿੰਨਾ ਚਿਰ ਲਊ ਸੰਦੀਪ ਬਾਈ? ਦੂਜਾ ਸੂਆ ਜੀ 10 ਤੋਂ 12 ਦਿਨ ਅੱਜ ਬਾਕੀ ਹੈ ਜੀ। ਠੀਕ ਹੈ, ਅਤੇ ਪਹਿਲੇ ਸੂਏ ਬਾਈ 17-18 ਕਿਲੋ ਦੁੱਧ ਨੋਰਮਲ 'ਚ ਪਾਉਂਦੀ ਰਹੀ, ਲੋਕਲੀ ਵੈੜ ਲਈ ਵੀ ਤੋਰ। 17-18 ਦਿਨ ਬਾਕੀ ਹੈ, ਢਾਂਚਾ ਬਹੁਤ ਵੱਡਾ ਜੀ ਗਾਂ ਦਾ ਜੀ, ਲੰਬਾਈ ਚੰਗੀ ਹੈ, ਦੱਸੋ ਜ਼ਿਆਦਾ ਪੱਖ ਜਰਸੀ ਵਾਲਾ। 17-18 ਦਿਨ ਹਜੇ ਲਊਗੀ ਸੂਨ ਦੇ ਵਿੱਚ, ਰੇਟ ਫੋਨ 'ਤੇ ਜੀ। ਸੋ ਇਹ ਨਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਦੋਸਤੋ, ਅਤੇ ਆਪਾਂ 5 ਗ੍ਰਾਈ ਦੇ ਵਿੱਚੋਂ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ। ਬਹੁਤ ਮਿਹਰਬਾਨੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ। ਪਸ਼ੂ ਜਿਹੜਾ ਜੱਚਦਾ ਉਹਦੀ ਤਸੱਲੀ ਆ ਕੇ ਤੁਸੀਂ ਕਰੋਗੇ। ਧੰਨਵਾਦ।